ਹੈਲੋ ਦੋਸਤੋ, ਅੱਜ ਆਪਾਂ ਜੋ ਗੱਲ ਕਰ ਰਹੇ ਹਾਂ 6th ਕਲਾਸ ਦੀ 5ਵੀਂ ਵਰਕਸ਼ੀਟ ਉਸ ਦੇ ਮੈਥ ਦੇ ਸੋਲਿਊਸ਼ਨ ਕੀ ਤੇ ਗੱਲ ਕਰ ਰਹੇ ਹਾਂ। 13 ਤਾਰੀਖ ਨੂੰ ਜੋ ਪੇਪਰ ਹੋਣਾ ਹੈ ਉਸ ਦੇ ਵਿੱਚ ਕਿਸ ਟਾਈਪ ਦੇ ਕੁਐਸਚਨਸ ਆਉਣੇ ਆ, ਆਪਾਂ ਉਸ ਤੇ ਗੱਲ ਕਰਨੀ ਹੈ। ਪਹਿਲਾ ਕੁਐਸਚਨ ਹੈ, ਦਿਖਾਈ ਗਈ ਕਿਹੜੀ ਤਸਵੀਰ 1/3 ਰੰਗਦਾਰੀ ਸਨ ਦਰਸਾਉਂਦੀ? 1/3 ਜਾਂ ਇਹਨੂੰ 2 ਨਾਲ ਉੱਪਰ ਨੀਚੇ ਗੁਣਾ ਕਰ ਦਾਂਗੇ 2/6 ਹੋਵੇ ਜਾਂ 3/9। ਅਗਰ ਆਪਾਂ ਚੈੱਕ ਕਰੀਏ ਤਾਂ ਜਿਹੜੀ ਆਹ ਡਾਇਗ੍ਰਾਮ ਹੈ 2/6 ਨੂੰ ਰੀਪ੍ਰਜੈਂਟ ਕਰਦੀ ਹੈ, ਤੇ 2/6 ਨੂੰ ਜਦੋਂ ਆਪਾਂ ਸਿੰਪਲੀਫਾਈ ਕਰਾਂਗੇ ਉਹ 1/3 ਬਣ ਜਾਣਾ। ਨੈਕਸਟ ਹੈ ਜੀ, ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਸ ਦਾ ਮੁੱਲ 545 ਤੋਂ ਵੱਧ ਹੈ? ਵਿਚ ਆਫ ਦਾ ਫਾਲੋਇੰਗ ਆਪਸ਼ਨ ਹੈਜ਼ ਅ ਵੈਲਿਊ ਗ੍ਰੇਟਰ ਦੈਨ 545। ਆਪਾਂ ਸੋਲਵ ਕਰਦੇ, ਇਹਨੂੰ ਮਾਈਨਸ ਕੀਤਾ 526, ਇੱਥੇ ਆ ਗਿਆ 632, ਇੱਥੇ ਆ ਗਿਆ 412 ਆ ਗਿਆ। ਤਾਂ ਕਿਸਦਾ 545 ਤੋਂ ਵੱਧ ਹੈ? ਸਿਰਫ ਇਸ ਦਾ, ਓਨਲੀ ਸੈਕਿੰਡ ਪਾਰਟ। ਦਿੱਤੇ ਗਏ ਡਾਇਗ੍ਰਾਮ 'ਚ ਕਿੰਨੀਆਂ ਤਿਕੋਣਾਂ ਨੇ? 1, 2, 3, 4, 1 ਹੋਲ, ਤਾਂ ਟੋਟਲ ਇੱਥੇ 5 ਤਿਕੋਣਾਂ ਨੇ। ਕਿਸੇ ਚਾਕ ਦੇ ਡੱਬੇ ਦੀ ਲੰਬਾਈ, ਚੌੜਾਈ ਅਤੇ ਉਚਾਈ ਦੇ ਦਿੱਤੀ। ਅਜਿਹੇ ਵੱਡੇ ਤੋਂ ਵੱਡੇ ਸਕੇਲ ਦੀ ਲੰਬਾਈ ਪਤਾ ਕਰੋ, ਮੈਜ਼ਰ ਦਾ ਗ੍ਰੇਟੈਸਟ ਸਕੇਲ ਜੋ ਪੂਰਾ ਪੂਰਾ ਮਾਪ ਸਕੇ। ਪੂਰਾ ਮਾਪਣ ਦਾ ਮਤਲਬ ਹੁੰਦਾ ਹੈ ਆਪਾਂ ਇਹਦਾ ਐਚ ਸੀ ਐਫ ਕੱਢਣਾ, ਮਹੱਤਵ ਸਮਾਪਤ ਵਰਤਕ। ਹੁਣ 15, 30, 30, ਤਾਂ ਧਿਆਨ ਨਾਲ ਦੇਖੇ, ਕਲੀਅਰ ਹੈ? 15 ਤੇ 30 ਦਾ ਕੱਢ ਦਈਏ, ਦੋਨੇ 15 ਦੇ ਪਹਾੜੇ ਤੇ ਵੰਡੇ ਜਾਂਦੇ ਨੇ। ਜਿਵੇਂ ਮਰਜ਼ੀ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਵੰਡ ਕੇ, ਜਾਂ ਦੇਖੋ ਗੁਣਨਖੰਡ ਵਿਧੀ ਲਈ ਜਿਵੇਂ ਵੀ ਆਪਾਂ ਕਰ ਸਕਦੇ ਹਾਂ। ਆ ਕਾਮਨ ਆ ਗਿਆ ਤਾਂ ਆਪਣੇ ਕੋਲ ਕਿੰਨਾ ਆਂਸਰ ਆ ਗਿਆ? 15 ਸੈਂਟੀਮੀਟਰ ਦਾ ਉਹ ਸਕੇਲ ਹੋਣਾ ਚਾਹੀਦਾ। ਨੈਕਸਟ ਹੈ, ਅਰਸ਼ਦੀਪ ਨੇ ਇੱਕ ਸੰਖਿਆ ਸੋਚੀ, ਸਪੋਜ਼ ਐਕਸ, ਉਸ 'ਚੋਂ 12 ਘਟਾ ਤੇ, ਠੀਕ ਹੈ, ਤਾਂ ਜੋ ਉੱਤਰ ਆ ਗਿਆ 12 ਆ ਗਿਆ। ਤਾਂ ਜਦੋਂ 12 ਉੱਧਰ ਜਾ ਕੇ ਸੋਲਵ ਕਰਾਂਗੇ ਤਾਂ ਆਂਸਰ ਕਿੰਨਾ ਆ ਜਾਣਾ? 24 ਆ ਜਾਣਾ। ਹੇਠਾਂ ਦਿੱਤੀਆਂ ਕਿਰਤੀਆਂ ਵਿੱਚੋਂ ਕਿਸ ਅਕਿਰਤੀ ਦੀ ਕੋਈ ਪੂਜਾ ਨਹੀਂ ਹੈ? ਸਰਕਲ, ਸਰਕਲ ਦੀ ਕੋਈ ਪੂਜਾ ਨਹੀਂ ਹੁੰਦੀ। ਅਗਰ ਇੱਕੋ ਜਿਹੇ ਕੁਝ ਸਿੱਕਿਆਂ ਨੂੰ ਇੱਕ ਦੂਜੇ ਉੱਪਰ ਰੱਖਿਆ ਜਾਵੇ, ਇਸ ਅਕੋਰਡਿੰਗ ਜੋ ਰੱਖਾਂਗੇ ਤਾਂ ਉਹ ਕਿਹੜੀ ਸ਼ੇਪ ਬਣੂਗੀ? ਉਹ ਬਣੂਗੀ ਸਿਲੰਡਰ ਦੀ ਜਾਂ ਬੇਲਣ ਦੀ, ਆਪਾਂ ਚੈੱਕ ਕਰ ਸਕਦੇ ਹਾਂ। ਨੈਕਸਟ ਬੜਾ ਇੰਟਰਸਟਿੰਗ ਕੁਐਸਚਨ ਹੈ, ਇੱਕ ਪੈਕਟ ਵਿੱਚ 10 ਪੈਨਸਲਾਂ ਆਉਂਦੀਆਂ ਹਨ ਅਤੇ ਇੱਕ ਪੈਕਟ ਵਿੱਚ 12 ਰਬੜਾਂ ਆਉਂਦੀਆਂ ਹਨ। ਅਨੁਰੀਤ ਘੱਟੋ ਘੱਟ ਪੈਕਟ ਖਰੀਦਣਾ ਚਾਹੁੰਦੀ ਹੈ, ਸਭ ਤੋਂ ਇੰਪੋਰਟੈਂਟ ਇੱਥੇ। ਇਹਦਾ ਮਤਲਬ ਦੇਖੋ, ਉਰੇ ਇੱਕ ਪੈਕਟ ਦੀ ਗੱਲ ਕੀਤੀ ਹੈ, ਆਪਾਂ ਵੱਧ ਕੰਨੀ ਜਾਣਾ ਤਾਂ ਇਹਦਾ ਮਤਲਬ ਉਰੇ ਲਘੁੱਤਮ ਹੋਊਗਾ 10 ਅਤੇ 12 ਦਾ। 2 ਤੇ ਗਿਆ 5, 2 ਤੇ ਗਿਆ 6, ਹੁਣ ਦੋਨੇ ਕਿਸੇ ਪਹਾੜੇ ਤੇ ਨਹੀਂ ਵੰਡੇ ਜਾਂਦੇ। 6, 5, 30, 2, 60, ਤਾਂ ਟੋਟਲ 60 ਪੀਸ ਚਾਹੀਦੇ ਹੈ। ਤਾਂ ਹੁਣ 10 ਪੈਨਸਲਾਂ ਸੀ ਤਾਂ 6 ਪੈਨਸਲਾਂ ਦੇ ਪੈਕਟ ਚਾਹੀਦੇ ਨੇ, ਤੇ 12 ਰਬੜਾਂ ਦੇ ਸੀ ਤੇ 5 ਰਬੜਾਂ ਦੇ, ਤਾਂ ਜਿਹੜਾ ਆਪਣਾ ਆਂਸਰ ਆ ਗਿਆ ਉਹ ਤੀਜੀ ਆਪਸ਼ਨ ਆ ਗਈ। ਇੱਕ ਬਰਤਨ ਵਿੱਚ 105 ਲੀਟਰ ਪਾਣੀ ਹੈ, ਇਸ ਪਾਣੀ ਨਾਲ 5 ਲੀਟਰ ਸਮਰੱਥਾ ਦੀਆਂ ਕਿੰਨੀਆਂ ਬੋਤਲਾਂ ਭਰੀਆਂ ਜਾਣਗੀਆਂ? ਤੇ ਆਪਾਂ ਜਦੋਂ ਇਹਨੂੰ ਹੱਲ ਕਰਾਂਗੇ, ਵੰਡ ਕਰਾਂਗੇ, ਕਿਉਂਕਿ ਆਪਾਂ ਨੇ ਉਹਦੇ ਵਿੱਚੋਂ ਬੋਤਲਾਂ ਦੀ ਗਿਣਤੀ ਕੱਢਣੀ ਹੈ, ਤਾਂ ਕਿੰਨਾ ਆਂਸਰ ਆ ਜਾਣਾ? 21 ਆ ਜਾਣਾ। ਹੇਠਾਂ ਦਿੱਤਾ ਜਾਲ ਕਿਸ ਤਰ੍ਹਾਂ ਦੀ ਅਕਿਰਤੀ ਬਣਾਏਗਾ? ਇਹ ਸਿਲੰਡਰ ਦੀ ਅਕਿਰਤੀ ਬਣਾਏਗਾ ਬੇਲਣ ਦੀ। ਕਿਵੇਂ? ਇਹਦੇ ਬੜੇ ਤਰੀਕੇ ਦੇਖੋ, ਜਦੋਂ ਇਹਨੂੰ ਆਪਾਂ ਇਸ ਅਕੋਰਡਿੰਗ ਫੋਲਡ ਕਰਾਂਗੇ ਆਹ ਚੀਜ਼ ਬਣ ਜੂ, ਉੱਪਰ ਆ ਦੋਨੇ ਇਹਦੇ ਢੱਕਣ ਦਾ ਕੰਮ ਕਰਨਗੇ ਤਾਂ ਇਹ ਬੰਦ ਸਿਲੰਡਰ ਬਣ ਜਾਣਾ ਇੱਕ। ਆਓ ਦਿੱਤੇ ਸਵਾਲ ਨੂੰ ਧਿਆਨ ਨਾਲ ਦੇਖੀਏ, ਠੀਕ ਹੈ, ਬ੍ਰੈਕਟਸ ਖੁੱਲ ਗਿਆ, ਆਹ ਉਰੇ ਗਲਤੀ ਆ ਗਈ, 9 + 4 ਕੀ ਹੋਊਗਾ? 13 ਹੋਊਗਾ।
ਠੀਕ, ਤਾਂ ਇਹਦਾ ਮਤਲਬ ਆਪਣਾ ਸਟੈਪ ਦੋ ਕੀ ਹੈ, ਗਲਤ ਹੈ। ਅਗਰ ਸਟੈਪ ਦੋ ਗਲਤ ਹੈ ਤਾਂ ਹੀ ਸਟੈਪ ਤਿੰਨ ਗਲਤ ਹੈ। ਨੈਕਸਟ, ਦੋ ਵਿਕਰਨਾਂ ਵਾਲੀ ਅਕਿਰਤੀ ਦੀਆਂ ਘੱਟੋ ਘੱਟ ਕਿੰਨੀਆਂ ਭੁਜਾਵਾਂ ਹੋਣਗੀਆਂ? ਦੇਖੋ ਇੱਥੇ ਹੁਣ ਅਗਰ ਉਲਟੇ ਵੇ ਨਾਲ ਚੱਲਾਂਗੇ, ਇਹਦੇ ਫਾਰਮੂਲਾ ਸਿਸਟਮ ਤਾਂ ਬੜਾ ਟੇਢਾ ਹੈ, ਨਹੀਂ ਕੀ ਕਰਾਂਗੇ। ਦੇਖੋ ਸਭ ਤੋਂ ਛੋਟਾ ਬਹੁਪੁਜ ਤਿਕੋਣ ਹੈ ਜਿਹਦਾ ਕੋਈ ਵਿਕਰਨ ਨਹੀਂ ਹੁੰਦਾ, ਫਿਰ ਆਪਾਂ ਚਤੁਰਭੁਜ ਦੀ ਗੱਲ ਕਰਾਂਗੇ ਜਿਹਦੇ ਦੋ ਵਿਕਰਨ ਹੈ ਤੇ ਉਹਦੇ ਘੱਟੋ ਘੱਟ ਕਿੰਨੀਆਂ ਭੁਜਾਵਾਂ ਨੇ? ਚਾਰ ਭੁਜਾਵਾਂ ਨੇ। ਦਿੱਤੀ ਅਕਿਰਤੀ ਦਾ ਪਰਿਮਾਪ 28 ਹੈ, ਇੱਥੇ ਤਿੰਨ ਭੁਜਾਵਾਂ ਦੇਤੀਆਂ 10 ਤੇ 6 16 ਤੇ 4 20, ਤਾਂ ਇਹਦਾ ਮਤਲਬ ਚੌਥੀ ਕੀ ਹੋਊਗੀ, 28 ਚੋਂ 20 ਘਟਾਏ 8 ਸੈਂਟੀਮੀਟਰ ਦੀ ਭੁਜਾ ਹੋਣੀ ਹੈ। ਬਗੈਰ ਦੁਹਰਾਏ ਦੱਸੋ ਕਿ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਇੱਥੇ ਬਣ ਗਈ 5 4 3 0 ਅਤੇ ਛੋਟੀ ਤੋਂ ਛੋਟੀ 3 0 4 5 ਦਾ ਅੰਤਰ, ਇਹ ਆ ਗਿਆ 5 ਤੇ 5 10 1, 5 8 13 1 3 1, ਜਿਹੜਾ ਅੰਤਰ ਆ ਗਿਆ ਉਹ ਆ ਗਿਆ 23 85। ਠੀਕ, ਹੇਠਾਂ ਦਿੱਤੀਆਂ ਵਿੱਚੋਂ ਕਿਹੜਾ ਅਪਟਿਊਸ ਐਂਗਲ ਹੈ ਅਧਿਕ? ਅਪਟਿਊਸ ਐਂਗਲ ਕਿਹੜਾ ਹੁੰਦਾ ਜਿਹੜਾ 90 ਤੋਂ 180 ਦੇ ਵਿਚਕਾਰ ਹੁੰਦਾ? ਤਾਂ ਆਪਣਾ ਆਂਸਰ ਕੀ ਆ ਗਿਆ, 105। ਤਾਂ ਦੋਸਤੋ ਇਹ ਸੀ 6th ਕਲਾਸ ਦੀ 5ਵੀਂ ਵਰਕਸ਼ੀਟ ਦੀ ਸੋਲਿਊਸ਼ਨ ਕੀ।